Continue, let us give our tea. That's the woman. Hallelujah, hallelujah. That's what they do. Let's all go to the hallelujah. Hallelujah. This is the one that we matter, part two. Una shame, but we are part of the day. Can you pray? Nako knock. Amrasati Pachai, Nako knock. Power, it's a tucker. ਮੂੰਹ ਤੱਕ ਮੱਥਾ ਦੇ ਮੂੰਹ ਤੱਕ ਪਾਣੀ ਪਾ ਦਿੱਤਾ ਹਾਲੇਲੂਇਆ ਹਾਲੇਲੂਇਆ ਤੁਸੀਂ ਜਦੋਂ ਅਜੀਬ ਭੈਣ ਭਰਾਵਾਂ ਨੂੰ ਭੁੱਖ ਦੇਵੇਗਾ ਨਾ ਜਿਸ ਵੀ ਕੰਮ ਦਾ ਉਹ ਕੰਮ ਜਿਹੜੇ ਨੱਕੋ ਨੱਕ ਭਰ ਜਾਣਗੇ ਹਾਲੇਲੂਇਆ ਹਾਲੇਲੂਇਆ ਕੰਮ ਸਾਰੇ ਸੰਪੂਰਨ ਹੋ ਜਾਣਗੇ ਬੋਲੋ ਹਾਲੇਲੂਇਆ ਹਾਲੇਲੂਇਆ ਉਹ ਘਰ ਅਧੂਰਾ ਨਹੀਂ ਰਹੂਗਾ ਪੂਰਾ ਵਧੀਆ ਬਣ ਜਾਊਗਾ ਹਾਲੇਲੂਇਆ ਹਾਲੇਲੂਇਆ ਬੋਲੋ ਯਿਸੂ ਦੇ ਨਾਮ ਕੀ ਉਹ ਭੈਣ ਨੇ ਪ੍ਰਿਆ ਨੇ ਤਾਂ ਦੱਸਿਆ ਕਿ ਲੜਕਾ ਨੇ ਬਹੁਤ ਡਰਾਇਆ ਮਾਂ ਬਚੂਗੀ ਜਾਂ ਬੱਚਾ ਪਰ ਉਹਨਾਂ ਨੇ ਵਿਸ਼ਵਾਸ ਕੀਤਾ ਔਰ ਯਿਸੂ ਮਸੀਹ ਨੇ ਪੂਰੀ ਪੂਰੀ ਤਰ੍ਹਾਂ ਪੂਰਾ ਸਮਾਂ ਔਰ ਪੂਰੀ ਤਾਕਤ ਪੂਰਾ ਖੂਨ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਸੌਂਪ ਦਿੱਤਾ ਬੋਲੋ ਹਾਲੇਲੂਇਆ ਆਗਿਆਕਾਰੀ ਕਰਾਂਗੇ ਨਾ ਪ੍ਰਭੂ ਦੀ ਸਾਰੇ ਕੰਮ ਪੂਰੇ ਹੋ ਜਾਣਗੇ ਬੋਲੋ ਹਾਲੇਲੂਇਆ ਹਾਲੇਲੂਇਆ ਭਾਈ ਇੰਦਰ ਨੇ ਇੱਕ ਵੀ ਐਤਵਾਰ ਮਿਸ ਨਹੀਂ ਕੀਤਾ ਆਉਂਦਾ ਰਿਹਾ ਲਗਾਤਾਰ ਸੰਗਤ ਦੇ ਵਿੱਚ ਆਉਂਦਾ ਰਿਹਾ ਔਰ ਇਹਨਾਂ ਵਾਸਤੇ ਅਰਦਾਸਾਂ ਕੀਤੀਆਂ ਤੇ ਜਿਹੜੇ ਇਹਨਾਂ ਨੂੰ ਪ੍ਰਭੂ ਪਰਮੇਸ਼ਵਰ ਨੇ ਘਰਾਣਾ ਬਖਸ਼ਿਆ ਏ ਉਹ ਅਰਦਾਸਾਂ ਦਾ ਫਲ ਵਾ ਬੋਲੋ ਹਾਲੇਲੂਇਆ ਹਾਲੇਲੂਇਆ ਜੀਵਨ ਸਾਥੀ ਜਿਹੜਾ ਦਿੱਤਾ ਹੈ ਨਾ ਉਹ ਕੀ ਆ ਦੁਆਵਾਂ ਦਾ ਫਲ ਵਾ ਇਸ ਕਰਕੇ ਜੇ ਦੁਆਵਾਂ ਦਾ ਫਲ ਵਾ ਤੂੰ ਕਿੰਨਾ ਪਿਆਰ ਵਾਲੇ ਕਿੰਨੀ ਸ਼ਾਂਤੀ ਵਾਲੇ ਰੱਬ ਬਣਾਵੇਗਾ ਉਹ ਆਉਣ ਵਾਲੇ ਅਜੀਬ ਸਮੇਂ ਦੇ ਵਿੱਚ ਰੱਬ ਇਹਨਾਂ ਨੂੰ ਹੋਰ ਵਿਖਾਏਗਾ ਹਾਲੇਲੂਇਆ ਹਾਲੇਲੂਇਆ ਬੋਲੋ ਯਿਸੂ ਦੇ ਨਾਮ ਕੀ ਨੱਕੋ ਨੱਕ ਭਰ ਦਿੱਤੇ ਅੱਗੇ ਯਿਸੂ ਨੇ ਉਹਨਾਂ ਨੂੰ ਆਖਿਆ ਮੱਟਾਂ ਵਿੱਚ ਜਲ ਭਰੋ ਹਾਂਜੀ ਉਹਨਾਂ ਨੇ ਮੱਟ ਨੱਕੋ ਨੱਕ ਭਰ ਦਿੱਤੇ ਹਾਂਜੀ ਫਿਰ ਉਸ ਨੇ ਉਹਨਾਂ ਨੂੰ ਆਖਿਆ ਹਰ ਕੱਟੋ ਅਤੇ ਸਮਾਂ ਨੇ ਪਛਾਣ ਕਰ ਲੈ ਜਾਓ ਬੋਲੋ ਹਾਲੇਲੂਇਆ ਹਾਲੇਲੂਇਆ ਲਓ ਜਲ ਤੇ ਆਖਿਆ ਭਰਨ ਵਾਸਤੇ ਉਹਨਾਂ ਭਰ ਦਿੱਤੇ ਜਦੋਂ ਭਰਿਆ ਕੀ ਆ ਮੱਟਾਂ ਵਿੱਚ ਜਲ ਤੇ ਜਦੋਂ ਯਿਸੂ ਨੇ ਕਿਹਾ ਕੱਟੋ ਤੇ ਜਦੋਂ ਕੱਟ ਕੇ ਵੇਖਿਆ ਤੇ ਕੀ ਜੂਸੀ ਹਾਲੇਲੂਇਆ 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 ਆ ਜਲਦੀ ਜਲਦੀ ਆ ਜੀ ਭਾਈ ਜੀ ਫੇਰ ਸੰਗਤ ਵਿੱਚ ਬੈਠੋ ਤੇ ਮੱਟਾਂ ਵਿੱਚ ਭਰ ਤੇ ਲਿਆ ਜਲ ਤੇ ਜਦੋਂ ਕੱਟਿਆ ਤੇ ਕੱਟਿਆ ਕੀ ਉਹ ਬਣ ਗਿਆ ਜੂਸ ਉਹ ਜਿਹੜਾ ਜਲ ਨਹੀਂ ਉਹ ਜੂਸ ਬਣ ਗਿਆ ਅਸੀਂ ਜੋ ਜਿਹੜੀ ਸਾਡੀ ਕਮਜ਼ੋਰੀ ਆ ਉਹ ਬਲ ਵਿੱਚ ਬਦਲ ਜਾਏਗੀ ਹਾਲੇਲੂਇਆ ਹਾਲੇਲੂਇਆ ਗਰੀਬੀ ਅਮੀਰੀ ਵਿੱਚ ਬਦਲ ਜਾਏਗੀ ਬੋਲੋ ਹਾਲੇਲੂਇਆ ਹਾਲੇਲੂਇਆ ਨਿਰਾਸ਼ਾ ਆਨੰਦ ਵਿੱਚ ਬਦਲ ਜਾਏਗੀ ਬੋਲੋ ਹਾਲੇਲੂਇਆ ਹਾਲੇਲੂਇਆ ਬਦਲੇਗੀ ਕਿ ਨਹੀਂ ਕਦੋਂ ਜਦੋਂ ਆਪਾਂ ਆਗਿਆਕਾਰੀ ਕਰਾਂ ਉਹਨਾਂ ਆਗਿਆਕਾਰੀ ਕੀਤੀ ਜਲ ਭਰ ਦਿੱਤਾ ਜਦੋਂ ਜਲ ਭਰਿਆ ਕੱਢ ਕੇ ਵੇਖਿਆ ਤੇ ਜੂਸ ਬਣਿਆ ਸੀ ਅੱਗੇ ਉਸ ਨੂੰ ਆਖਿਆ ਹਰੇਕ ਮਨੁੱਖ ਪਹਿਲਾਂ ਚੰਗੀ ਮੈਂ ਦਿੰਦਾ ਹੈ ਜਾਂ ਅੱਜ ਬਹੁਤ ਪੀ ਚੁੱਕੇ ਤਾਂ ਮਗਰ ਮਾੜੀ ਪਰ ਤੂੰ ਚੰਗੀ ਮੈਂ ਹਰ ਟਿਕਰ ਰੱਖ ਛੱਡੀ ਹੈ ਇਹ ਨਿਸ਼ਾਨਾ ਤਾਂ ਜ਼ਰੂਰ ਸੀ ਜਿਹੜਾ ਯਿਸੂ ਨੇ ਗਲੀਲ ਦੇ ਕਾਨਾਂ ਵਿੱਚ ਵੀ ਖਾ ਕੇ ਆਪਣਾ ਤੇਜ ਪ੍ਰਗਟ ਕੀਤਾ ਅਤੇ ਉਹਨੇ ਚੇਲੇ ਦੇ ਉਸ ਉੱਤੇ ਨਿਰਜਾ ਕੀਤੀ ਬੋਲੋ ਹਾਲੇਲੂਇਆ ਹਾਲੇਲੂਇਆ ਨਵੀਂ ਐਤ ਪੜ੍ਹ ਕੇ ਜੇ ਸਭਾ ਦੇ ਪ੍ਰਧਾਨ ਨੇ ਉਹ ਜਲ ਜਿਹੜਾ ਮੈਂ ਬਣ ਗਿਆ ਸੀ ਜਿਹੜਾ ਸਭਾ ਦਾ ਪ੍ਰਧਾਨ ਹੀ ਨਾ ਉਹਦੇ ਨਾਲ ਬੰਦਾ ਉਹਨੇ ਵੇਖਿਆ ਵੀ ਇੱਕਦਮ ਸਵਾਦ ਇਹ ਤੇ ਕੇ ਬਰਾਤ ਵਿੱਚ ਵੀ ਕੇ ਵਿਆਹ ਵਿੱਚ ਵੀ ਜੂਸ ਨਹੀਂ ਪੀਤਾ ਇੰਨਾ ਚੰਗਾ ਉਹਨੂੰ ਨਹੀਂ ਪਤਾ ਇਹ ਤੇ ਯਿਸੂ ਦੇ ਬੋਲਾਂ ਨਾਲ ਬਣ ਗਿਆ ਏ ਹਾਲੇਲੂਇਆ ਹਾਲੇਲੂਇਆ ਇਹ ਯਿਸੂ ਦੇ ਸ਼ਬਦ ਨਾਲ ਜੂਸ ਬਣਿਆ ਏ ਹਾਲੇਲੂਇਆ ਹਾਲੇਲੂਇਆ ਯਿਸੂ ਮਸੀਹ ਨੇ ਆਪਣੇ ਚਮਤਕਾਰਾਂ ਦਾ ਆਰੰਭ ਸ਼ੁਰੂ ਕੀਤਾ ਏ ਹਾਲੇਲੂਇਆ ਹਾਲੇਲੂਇਆ ਇਹ ਬਰਕਤ ਕਿਹਦੇ ਵੱਲੋਂ ਆ ਯਿਸੂ ਵੱਲੋਂ ਜਿਹੜੀ ਬਰਕਤ ਯਿਸੂ ਵੱਲੋਂ ਹੁੰਦੀ ਆ ਹਮੇਸ਼ਾ ਚੰਗੀ ਹੁੰਦੀ ਆ ਹਾਲੇਲੂਇਆ 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 ਜਿਹੜੇ ਅਰਦਾਸਾਂ ਨਾਲ ਮਿਲਦੇ ਆ ਕਿਤੇ ਸੋਹਣੇ ਜਿਹੜੇ ਘਰ ਯਿਸੂ ਮਸੀਹ ਦੀ ਕਿਰਪਾ ਨਾਲ ਬਣਦੇ ਆ ਕਿੱਡੇ ਸੋਹਣੇ ਬਣ ਜਾਂਦੇ ਆ ਹਾਲੇਲੂਇਆ ਹਾਲੇਲੂਇਆ ਬੋਲੋ ਯਿਸੂ ਦੇ ਨਾਮ ਕੀ ਅੰਗਾ ਇੱਡਾ ਵਧੀਆ ਜੂਸ ਇਹ ਕਿੱਥੋਂ ਪਰ ਨਹੀਂ ਜਾਣਦਾ ਵੀ ਇਹ ਪ੍ਰਭੂ ਯਿਸੂ ਮਸੀਹ ਨੇ ਸ਼ਬਦ ਨਾਲ ਬਣਾਇਆ ਹੈ